ਆਲੇ ਬੀਬੀ ਚਾਹ ਪੀ ਲੋ ਤੇ ਆਪਣੇ ਪੱਠਿਆਂ ਦਾ ਟਾਈਮ ਹੋ ਗਿਆ, ਕੋਈ ਨੀ ਚਾਹ ਪੀ ਲਾ ਫਿਰ ਪਾ ਕੇ ਆਉਂਦੀ। ਚੱਲਦੇ ਬੇਬੇ ਮੈਨੂੰ 2000 ਰੁਪਇਆ ਦੇ ਦੇ, ਮੈਂ ਨਾ ਸਹੇਲੀਆਂ ਨਾਲ ਜਾਣਾ ਸੀ। ਭੇਜਾਂ ਤੈਨੂੰ ਟੂਰ ਤੇ? ਕੋਈ ਟੂਰ ਤੇ ਨਹੀਂ ਜਾਣਾ, ਹੈ ਨਹੀਂ ਮੇਰੇ ਕੋਲ ਪੈਸਾ ਕੋਈ। ਬੇਬੇ ਮੇਰੀ ਬੇਇੱਜ਼ਤੀ ਹੋ ਜੂ ਜੇ ਮੈਂ ਨਾ ਗਈ ਤਾਂ, ਮੇਰੀਆਂ ਸਾਰੀਆਂ ਸਹੇਲੀਆਂ ਚੱਲਣਗੀਆਂ। ਤੂੰ ਚੁੱਪ ਚਾਪ ਆਪਦੀ ਪੜ੍ਹਾਈ ਪੂਰੀ ਕਰ ਲਾ ਤੇ ਨਾਲੇ ਜੀ ਨਾਲੀ ਕੁੜੀ ਦਾ ਖਾੜਾ ਛੱਡ ਦੇ, ਮੈਨੂੰ ਚੰਗੀ ਨਹੀਂ ਲੱਗਦੀ। ਬੇਬੇ ਤੂੰ ਤਾਂ ਅਨਪੜ੍ਹ ਆ, ਤਾਂ ਹੀ ਅਨਪੜ੍ਹਾਂ ਵਾਲੀਆਂ ਗੱਲਾਂ ਕਰਦੀ ਆ। ਪੁੱਤ ਮੈਂ ਅਨਪੜ੍ਹ ਤਾਂ ਜ਼ਰੂਰ ਆ, ਪਾਗਲ ਨਹੀਂ, ਮੈਨੂੰ ਚੰਗੇ ਮਾੜੇ ਦੀ ਸਾਰੇ ਪਰਖ ਆ। ਪੜ੍ਹ ਲੈ, ਚਾਰ ਅੱਖਰ ਜੇ ਪੜ੍ਹਨੇ ਤਾਂ, ਨਹੀਂ ਤੈਨੂੰ ਵਿਆਹ ਕੇ ਤੋਰ ਦੂੰ। ਬੇਬੇ ਤੈਨੂੰ ਤਾਂ ਆਹੀ ਗੱਲਾਂ ਆਉਂਦੀਆਂ ਨੇ। ਚੱਲ ਚਾਹ ਭਰ ਲਾ ਘੁੱਟ, ਫਿਰ ਆਪਾਂ ਪੱਠੇ ਪਾਉਣ ਚੱਲੀਏ। ਠੀਕ ਆ ਬੇਬੇ। ਮੰਨੂ ਆ ਗਈ ਕਾਲ ਤੋਂ? ਹਾਂ ਆ ਗਈ। ਪਤਾ ਕਿੱਥੇ ਆ? ਉਹ ਅੰਦਰ ਬੈਠੀ ਹੈ ਮੂੰਹ ਫਲਾਈ। ਕਿਉਂ, ਕੀ ਹੋ ਗਿਆ? ਤੂੰ ਆਪ ਹੀ ਪੁੱਛ ਲਾ, ਤੂੰ ਬੋਲੀ ਹੋਏਗੀ ਕੁਛ ਹੁਣ। ਚੱਲ ਹੀ ਤੂੰ ਵੱਟ ਪੱਠੇ ਪਾ ਕੇ ਆਪਾਂ। ਤੋ ਕੁੜੀਏ ਕੀ ਕਰੋ ਵੀ ਦਾਜ ਜੀ ਬੈਠੀਆਂ? ਵੀਰੇ ਮੈਂ ਨਾ ਆਪਦੀਆਂ ਸਹੇਲੀਆਂ ਨਾਲ ਟੂਰ ਤੇ ਜਾਣਾ, ਮੰਮੀ ਤੋਂ 2000 ਰੁਪਇਆ ਮੰਗਿਆ ਸੀ, ਮੈਨੂੰ ਕਹਿੰਦੀ ਜੇ ਟੂਰ ਤੇ ਜਾਣ ਦੀ ਗੱਲ ਕੀਤੀ ਤਾਂ ਮੈਂ ਵਿਆਹ ਕੇ ਤੋਰ ਲਈ। ਮੰਮੀ ਦੀ ਗੱਲ ਤਾਂ ਜਮਾਂ ਸਹੀ ਆ, ਫਿਰ ਵਿਆਹ ਦੇ ਤੈਨੂੰ? ਵੀਰੇ ਮੈਂ ਟੂਰ ਤੇ ਨਹੀਂ ਜਾਂਦੀ, ਮੈਨੂੰ ਪੜ੍ਹ ਲੈਣ ਦਿਓ, ਪਰ ਮੇਰੇ ਵਿਆਹ ਦੀ ਗੱਲ ਨਾ ਕਰੋ। ਉਹ ਕੋਈ ਨਹੀਂ, ਤੂੰ ਰੋ ਨਾ, ਤੈਨੂੰ ਟੂਰ ਤੇ ਭੇਜ ਦਿੰਦੇ, ਤੇਰਾ ਵਿਆਹ ਵੀ ਨਹੀਂ ਕਰਦੇ। ਹੁਣ ਦੱਸ ਕਿੰਨੇ ਪੈਸੇ ਨਾਲ ਸਾਰ ਲਈ? ਮੈਨੂੰ 1000 ਰੁਪਇਆ ਹੀ ਦੇ ਦਿਓ ਵੀਰੇ। ਆ ਫੜ 5000 ਰੁਪਇਆ, ਉਹ ਮੈਂ ਤਾਂ ਕਹਿੰਦੀ ਆ ਮਜ਼ਾਕ ਕਰਦਾ ਸੀ ਤੈਨੂੰ, ਪਰ ਇੱਕ ਗੱਲ ਸੁਣ ਮੇਰੀ, ਤੂੰ ਨਾ ਪੜ੍ਹਾਈ ਦੱਬ ਕੇ ਕਰ ਲਾ, ਪੜ੍ਹ ਕੇ ਨਾ ਆਪਦੀ ਭੂਆ ਨੂੰ ਅਫਸਰ ਲੱਗੀ ਹੋਈ ਵੱਡੀ, ਜੋ ਤੂੰ ਪਿੰਡ ਜਾਇਆ ਕਰੇਗੀ ਨਾ ਮੈਂ ਮਾਣ ਨਾ ਕਿਹਾ ਕਰੂੰ, ਉਹ ਜਿਹੜੀ ਅਫਸਰ ਆ ਰਹੀ ਨਾ ਉਹ ਮੇਰੀ ਭੈਣ ਆ। ਬੇਫਿਕਰ ਹੋ ਜਾ ਵੀਰੇ, ਥੋੜਾ ਸਿਰ ਨਹੀਂ ਨੀਵਾਂ ਹੋਣ ਦਿੰਦੀ ਮੈਂ। ਚੰਗਾ ਵੀਰੇ, ਫਿਰ ਮੈਂ ਆਪਦੀਆਂ ਸਹੇਲੀਆਂ ਨੂੰ ਦੱਸਿਆ ਵਾ ਵੀ ਮੈਂ ਵੀ ਜਾਊਂਗੀ ਟੂਰ ਤੇ। ਬਾਪੂ ਹਾਂ ਪਤਾ ਕੋਈ ਆ ਯਾਰ, ਪੈਸੇ ਬਣੇ ਪਿਆ ਕੋਈ ਸੌਦੇ ਵਾਲਿਆਂ ਦੇ, ਕੋਈ ਕੱਪੜੇ ਵਾਲਿਆਂ ਦੇ, ਕੋਈ ਤਾੜਪੀਆਂ ਦੇ, ਹਨਾ ਆਪਾਂ ਕੋ ਉਹਨਾਂ ਕੋ ਦੇ ਦਈਏ ਯਾਰ। ਮੇਰੇ ਕੋ ਪਤਾ ਹੋਰ ਔਰ ਏ ਆਇਆ ਸਮੰਦਾ। ਹਾਂ ਬਈ ਕਰਿਆ ਦੀ ਵਧੀਆ ਕਰਿਆ, ਵਧੀਆ ਕਰਿਆ, ਸਾਰੀਆਂ ਪੱਟਾਂ ਤੇ ਛੜਤੀ, ਮੈਂ ਖੁਰਚਣੇ ਵਾਲੀ ਪੈਣੀਆਂ ਕੰਬਲ ਵਾਲੀ ਘਰ ਦੀ ਬਾਪੂ। ਹੋਰ ਉਹ ਚੂਹਾ ਪੈਣ ਦਾ ਪ੍ਰਭਾਵ ਮੁੜ ਕੇ ਬਹੁਤ ਔਖੇ ਹੋਈ ਦਾ। ਸੱਚ ਬਈ ਮੈਂ ਕਿਤਾਬਾਂ ਲੈਣੀਆਂ ਸੀ 500 ਰੁਪਇਆ, ਤੇ ਐਂ ਕਰੀ ਤੇਲ ਵੀ ਪਵਾਉਣਾ 1000 ਰੁਪਇਆ ਮੈਨੂੰ ਹੁਣੀ ਦੇ ਦੀ, ਤੂੰ ਤੜਕੇ ਮੈਨੂੰ ਪਤਾ ਵਗ ਜਾਏਗਾ ਸੁਨੇਹਾ ਖੇਤ, ਜਦੋਂ ਮੈਂ ਕਾਲ ਜਾਣਾ ਤੂੰ ਲੇਟ ਹੋ ਜਾਏਗਾ। ਸਦਵੰਤ ਗੱਲ ਸੁਣ ਯਾਰ, ਨਾ ਹੱਥ ਮੇਰਾ ਥੋੜ੍ਹਾ ਟਾਇਟ ਹੈ, ਅਤੇ ਗੱਲ ਸੁਣ, ਹਫ਼ਤੇ ਨੂੰ ਲੈ ਲਈ ਤੂੰ, ਜੇ ਤੇਰੇ ਮੋਟਰਸਾਈਕਲ 'ਚ ਤੇਲ ਹੈਣੀ ਸੁਬਹਾ ਕਾਲ ਜਾਣ ਲੱਗਿਆ ਮੇਰਾ ਮੋਟਰਸਾਈਕਲ ਲੈ ਜੀ, ਫਿਰ ਰਾਤੀ ਲਾਉਂਦੀ ਆ। ਬਾਈ ਮੇਰੇ ਬਾਰੇ ਤੁਸੀਂ ਇਹੀ ਕਰਦੇ ਹੋ, ਕੱਲ੍ਹ ਬਾਈ ਕੁੜੀ ਨੇ 1000 ਮੰਗਿਆ ਟੂਰ 'ਤੇ ਜਾਣ ਨੂੰ, ਤੁਸੀਂ 5000 ਦੇਤਾ, ਬਾਈ ਇੱਕ ਹਫ਼ਤਾ ਮੈਂ ਲਾ ਲਿਆ। ਮੈਨੂੰ ਪਤਾ ਤੁਸੀਂ ਮੈਨੂੰ ਤਾਂ ਪਿਆਰ ਨਹੀਂ ਕਰਦੇ, ਤੁਹਾਨੂੰ ਕੁੜੀ ਦੀਦੀ ਆ, ਮੈਂ ਨਹੀਂ ਦੀਦਾ, ਸਾਰਾ ਦਿਨ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੁੰਦਾ ਮੈਂ, ਬਸ ਬਾਈ ਯਾਰ ਮੈਨੂੰ ਨਹੀਂ ਪਿਆਰ ਕਰਦੇ ਤੁਸੀਂ। ਉਹ ਨਹੀਂ ਨਹੀਂ ਕਮਲਿਆ, ਉਹ ਕੁੜੀ ਦੀ ਜ਼ਿੰਦਗੀ ਵੀ ਆਪਾਂ ਹੀ ਬਣਾਉਣੀ ਹੈ, ਤੂੰ ਐਂ ਨਾ ਕਰਿਆ ਕਰੇ, ਠੀਕ ਹੈ ਬਾਈ? ਮੈਂ ਤੇਰੀ ਗੱਲ ਸੁਣ, ਚੱਲ ਉਹਨੂੰ ਜਾ ਕੇ ਦੇਤਾ, ਮੈਂ 100 ਰੁਪਇਆ ਮੰਗਿਆ, ਮੇਰੇ ਵਾਰੀ ਹੈ ਨਹੀਂ। ਉਹ ਕਮਲਿਆ ਕਹਿੰਦੇ, ਸਿਆਣੇ ਕਹਿੰਦੇ ਆ ਜਿਹਦੀ ਧੀ ਸੁਖੀ ਉਹਦੀ ਕੁੱਲ ਸੁਖੀ, ਉਹ ਕੋਈ ਨਹੀਂ ਉਹਨੇ ਆਪਣੀ ਭੈਣ ਆਪਣੇ ਸਿਰ 'ਤੇ ਕਰਨੀ ਹੈ, ਨਾਲੇ ਕਮਲੇ ਉਹਦੀ ਪੜ੍ਹਾਈ ਨੂੰ ਤਾਂ ਕਰਕੇ ਕਰਾਉਣਾ ਮੈਂ, ਵੀ ਉਹਦੇ ਸਹੁਰੀ ਜਾ ਕੇ ਐਸ਼ ਨਾ ਰਹੇ, ਉਹ ਅਫਸਰ ਲੱਗੂਗੀ ਵੱਡੀ, ਅਤੇ ਨਾਲੇ ਆਪਣੇ ਸਿਰ ਉੱਚਾ ਹੋਣਾ,
ਫੇਰ ਕੀ ਹੋ ਗਿਆ? ਉਹ ਮੇਰੀ ਗੱਲ ਸੁਣ, ਤੂੰ ਗੁੱਸਾ ਨਾ ਕਰ, ਜਿੰਨੇ ਤੈਨੂੰ ਪੈਸੇ ਦੀ ਲੋੜ ਹੈ ਨਾ, ਕੱਲ੍ਹ ਨੂੰ ਸ਼ਾਮ ਨੂੰ ਆੜਤੀ ਫੜ ਲਈ, ਪਰ ਗੱਲ ਸੁਣ, 2000 ਰੁਪਏ ਫੜੀ, ਵੱਧ ਨਾ ਫੜੀ, ਠੀਕ ਹੈ? ਗੱਲ ਸੁਣ ਮੇਰੀ, ਤੂੰ ਉਹ ਕੁੜੀ ਦਾ ਖਾੜਾ ਛੱਡ ਦੇ, ਇਹਨਾਂ ਮਾਵਾਂ ਧੀਆਂ ਦਾ ਲੱਛਣ ਨੀ ਠੀਕ, ਨਾ ਇਹਨੂੰ ਜੱਗ ਦੀ ਸ਼ਰਮ, ਨਾ ਇਹਨੂੰ ਰੱਬ ਦੀ ਸ਼ਰਮ। ਬੇਬੇ ਉਹਦਾ ਮਾਂ ਧੀ ਇੰਨੀਆਂ ਚੰਗੀਆਂ, ਤੂੰ ਤਾਂ ਐਵੇਂ ਲੱਗੀ ਜਾਂਦੀ ਰਹਿੰਦੀ ਹੈ। ਅੱਜ ਤੋਂ ਬਾਅਦ ਜੇ ਮੈਂ ਉਸ ਕੁੜੀ ਨਾਲ ਜਾਂਦੀ ਵੇਖ ਲਈ ਨਾ, ਤੇ ਤੇਰੀ ਖੈਰ ਨੀ। ਆਪਣੀ ਪਾਣੀ ਦੀ ਵਾਰੀ ਆ, 10 ਮਿੰਟ ਰਹਿ ਗਏ, ਤੁਸੀਂ ਜਾਓ ਦੋਨੇ ਭਰਾ ਮੱਕੀ ਨੂੰ ਪਾਣੀ ਲਾ ਕੇ ਆਓ। ਬਾਈ ਐ ਕਰ, ਮੈਂ ਚੱਲਦਾ ਖੇਤ, ਤੂੰ ਰੋਟੀ ਖਾ ਕੇ ਆ ਜੀ। ਉਹ ਨਹੀਂ ਸਤਵੰਤ, ਮੈਂ ਚੱਲਦਾ ਯਾਰ ਤੇਰੇ ਨਾਲ, ਉਹ ਜਿਹੜੇ ਖਾਲ ਪਾਣੀ ਲਾਉਣਾ ਉਹ ਖਾਲ ਨੀ ਸਵਾਰਿਆ, ਤਾਏ ਦੇ ਬਾਹਣੇ ਪਾਣੀ ਟੁੱਟ ਗਿਆ, ਤਾਇਆ ਜਮਾਂ ਕਲੇਸ਼ ਕਲੇਸ਼ ਦਾ ਘਰ ਪੰਗਾ ਖੜਾ ਕਰਾਏਗਾ। ਚੱਲ ਮੈਂ ਚੱਲ ਤਰਨਾ, ਤੂੰ ਆਰਾਮ ਕਰ ਬਾਪੂ, ਅਸੀਂ ਜਾਂਦੇ ਹਾਂ। ਜਵਾਕਾਂ ਰੋਟੀ ਦਾ ਖਾ ਲੈਂਦਾ, ਕਰਕੇ 5 ਵਜੇ ਦੇ ਗਏ ਭੁੱਖੇ ਤੇ ਆਏ, ਪਾਣੀ ਤੂੰ ਲਾ ਦਿੰਦਾ। ਉਹ ਪਾਣੀ ਤਾਂ ਮੈਂ ਲਾ ਦਿੰਦਾ, ਮੋਟਰ ਦੀ ਚਾਬੀ ਇਹਨਾਂ ਕੋਲੇ ਆ, ਕਈ ਅੰਦਰ ਪਈ ਆ। ਬੇਬੇ ਮੈਨੂੰ ਸੌ ਲੈਣ ਦਿਓ, ਕਿਉਂ ਰੌਲਾ ਪਾਇਆ? ਤੈਨੂੰ ਤਾਂ ਰੌਲਾ ਲੱਗਣਾ ਹੀ ਆ, ਉਹ ਦੋਨੇ ਜਵਾਕ ਭੁੱਖੇ ਖੇਤ ਗਏ ਆ, ਤੂੰ ਤਾਂ ਮੌਜ ਨਾਲ ਖਾ ਲੀਆਂ ਪੀ ਲੀਆਂ ਤੇ ਮੌਜ ਨਾ ਪਏਗੀ, ਤੈਨੂੰ ਤਾਂ ਨਾ ਲਿਆਉਣ ਦਾ ਫਿਕਰ ਆ, ਨਾ ਤੈਨੂੰ ਦੇਣ ਦਾ ਫਿਕਰ। ਚੰਗਾ ਬੇਬੇ ਹੁਣ ਭਾਸ਼ਣ ਨਾ ਦੇ, ਜਾਂ ਦੁੱਧ ਦਾ ਗਲਾਸ ਲਿਆ ਕੇ ਦੇ। ਮੈਨੂੰ ਲੱਗਦਾ ਤੈਨੂੰ ਜਿੰਨਾ ਨਾਰ ਇਹਨੂੰ ਉਹਨਾਂ ਦੀ ਪਾਨ ਚੜ੍ਹਦੀ ਜਾਂਦੀ ਹੈ, ਕੋਈ ਨੀ ਡੰਬਦੀ ਹੈ ਮੱਥਾ ਤੇਰਾ। ਬਾਪੂ ਜੀ, ਹਾਂ ਪਤਾ, ਮੈਂ ਸ਼ਹਿਰ ਗਿਆ ਸੀਗਾ, ਉਹ ਲਾੜ ਦੀਆ ਕਹਿੰਦਾ ਵੀ ਮੇਰੇ ਕੋਲੇ ਸਿਰ ਤੋਂ ਫਸਲ ਤੁਸੀਂ। ਉਹ ਬਾਈ ਜਵਾਕ, ਉਹ ਬਾਈ ਮੈਂ ਇੰਨੀਆਂ ਆਵਾਜ਼ਾਂ ਮਾਰੀਆਂ ਜਾਂ ਤੁਸੀਂ ਆਵਾਜ਼ ਨਹੀਂ ਦਿੱਤੀ ਅੱਗੋਂ। ਉਹ ਵੱਡਾ ਬਾਈ ਆ, ਮੈਂ ਕਿਤੇ ਬਾਈ ਸਤਵੰਤ ਆ, ਮੈਂ ਤਾਂ ਉਹਨੂੰ ਮਿਲਣ ਆਇਆ ਸੀ ਯਾਰ। ਉਹ ਕਾਕਾ ਥੋੜੀ ਮੋਟੀ ਅਕਲ ਸਿੱਖਿਆ ਕਰੋ,
ਜੋ ਤੈਨੂੰ ਮੂਹਰੋਂ ਆਵਾਜ਼ ਨਹੀਂ ਸੀ ਤੂੰ 15 ਪਿੱਛੇ ਮੁੜ ਜਾ, ਇਹ ਤੁਹਾਡਾ ਘਰ ਨਹੀਂ, ਇੱਕ ਨਿਕਲਿਆ ਅਤੇ ਇੱਕ ਵੜਿਆ, ਅਤੇ ਨਾਲੇ ਗੱਲ ਸੁਣਦਾ ਕਾਕਾ, ਤੂੰ ਕਰਦਾ ਨਸ਼ਾ ਪੱਤਾ ਅਤੇ ਮੇਰੇ ਭਰਾ ਤੋਂ ਦੂਰ ਰਹਿ, ਇਹ ਤੇਰੇ ਲਈ ਵੀ ਚੰਗਾ ਅਤੇ ਉਹਦੇ ਲਈ ਵੀ। ਉਹ ਯਾਰ ਚੱਲ ਠੀਕ ਆ ਬਾਈ, ਚੰਗਾ ਚੰਗਾ ਕੀ ਆ, ਘਰੇ ਕੁੜੀਆਂ ਵੜਕਾਉਣਾ ਕਰ, ਸਿੱਧੇ ਆ ਵੜ ਜਾਣਾ, ਤੁਸੀਂ ਸਿੱਖੋ ਕਰਨਾ ਬਸ। ਬਾਪੂ ਹਾਂ ਪਤਾ ਆ ਤਾਂ ਲਈ ਆਪਾਂ ਯਾਰ ਚੱਲ ਕੇ ਚੱਲਦੇ ਗੇੜਾ ਵਰਗ। ਬੇਬੇ ਇਹ ਤਾਂ ਮੁੰਡੇ ਨੂੰ ਧੇਲੇ ਦੀ ਅਕਲ ਨਹੀਂ, ਨਾਲੇ ਇਹਨੂੰ ਕਿੰਨੇ ਵਾਰੀ ਕਿਹਾ ਕਿਸੇ ਦੇ ਘਰੇ ਸਿੱਧੇ ਨਹੀਂ ਆਈਦਾ ਹੁੰਦਾ, ਪਤਾ ਨਹੀਂ ਇਹਦੇ ਖਾਨੇ 'ਚ ਕਿਉਂ ਨਹੀਂ ਕੋਈ ਗੱਲ ਪੈਂਦੀ। ਪੁੱਤ ਇਹਨਾਂ ਦੋਨਾਂ ਭੈਣ ਭਰਾਵਾਂ ਨੂੰ ਤਾਂ ਧੇਲੇ ਦੀ ਅਕਲ ਨਹੀਂ, ਇਹਨਾਂ ਦੀ ਮਾਂ ਨੇ ਤਾਂ ਇਹਨਾਂ ਨੂੰ ਕੱਖ ਨਹੀਂ ਸਿਖਾਇਆ, ਇਹਨਾਂ ਦਾ ਪਿਓ ਤਾਂ ਬਥੇਰਾ ਚੰਗਾ ਸੀ। ਇੱਕ ਗੱਲ ਬੀਬੀ ਹੋਰ ਆ, ਜਿਹੜੀ ਇਹਨਾਂ ਦੀ ਕੁੜੀ ਆਪਣੀ ਮਨੂ ਕੋਲ ਆਉਂਦੀ ਹੈ ਨਾ, ਮੈਨੂੰ ਉਹਦੇ ਚਾਲ ਚੱਲਣ ਜਮਾਂ ਨਹੀਂ ਚੰਗੇ ਲੱਗਦੇ, ਅਤੇ ਆਪਣੀ ਮਨੂ ਨੂੰ ਤੁਸੀਂ ਉਹਦੇ ਕੋਲੋਂ ਵਰਜ ਲਓ। ਪੁੱਤ ਮੈਂ ਵੀ ਉਹਨੂੰ ਬਹੁਤ ਵਾਰ ਕਿਹਾ, ਪਰ ਜਿੱਦੇ ਨੇ ਉਹਨਾਂ ਦੇ ਘਰੇ ਜਾਣ ਲੱਗੀ ਜਮਾਂ ਡੱਲ ਹੋ ਗਈ, ਕਿੰਨੀ ਮਰਜ਼ੀ ਬੇਇੱਜ਼ਤੀ ਕਰਦੇ ਉਹ ਤਾਂ ਕੰਨ 'ਤੇ ਜੂ ਨਹੀਂ ਸਰਕਦੀ। ਚੱਲ ਕੋਈ ਨਹੀਂ ਬੀਬੀ, ਅੱਜ ਆ ਜਾਂਦੇ ਇਹਨਾਂ ਨੂੰ ਘਰੇ ਅਤੇ ਕਰਦੀਆਂ ਮੈਂ ਇਹਨਾਂ ਨਾਲ ਗੱਲ, ਆਪੇ ਕੁੜੀ ਨੂੰ ਕੁਛ ਸਮਝਾਉਣਗੇ। ਨਾ ਪੁੱਤ ਰਾਜਵੀਰ ਦਾ ਅਤੇ ਸੁਖਵੰਤ ਦਾ ਸੁਭਾਅ ਭੈੜਾ, ਉਹਨਾਂ ਕੋਲ ਨਾ ਗੱਲ ਕਰੀ, ਉਹ ਕੁੜੀ ਨੂੰ ਕੁੱਟ ਕੇ ਮਾਰ ਦੇਣਗੇ। ਚੱਲ ਠੀਕ ਆ ਬੀਬੀ, ਨਹੀਂ ਕਰਦੀ ਕੋਈ ਗੱਲ ਮੈਂ। ਮੈਂ ਜਾਣਾ ਤੇ ਤੂੰ ਸ਼ਾਮ ਨੂੰ ਆ ਜੀ ਗਰਾਊਂਡ, ਤੂੰ ਇੱਧਰ ਹੀ ਆ ਜੀ, ਇੱਥੋਂ ਇਕੱਠੇ ਚੱਲਾਂਗੇ। ਚੱਲ ਠੀਕ ਆ, ਮੈਂ ਇੱਧਰ ਆ। ਹਾਂ ਚੱਲ ਠੀਕ ਆ, ਉਹ ਮੈਂ ਵੀ ਰਾਉਂਡ ਕਰਦੇ ਆ। ਹਾਂ ਦੱਸ ਵੀਰੇ, ਕੀ ਜ਼ਰੂਰੀ ਗੱਲ ਕਰਨੀ ਆ? ਜਿਹੜੀ ਤੇਰੀ ਉਹ ਸਹੇਲੀ ਨਹੀਂ ਗਈ ਮਨੂ? ਹਾਂਜੀ ਵੀਰੇ। ਉਹਦੇ ਨਾਲ ਮੇਰੀ ਗੱਲ ਨਹੀਂ ਕਰਾ ਦੇ, ਮੈਨੂੰ ਸੋਹਣੀ ਵਾਲੀ ਲੱਗਦੀ। ਤੂੰ ਵੀ ਤਾਂ ਵੀਰੇ ਮੰਮੀ ਵਾਂਗੂ ਥਾ ਸੁੱਟਾ ਮਾਰਦਾ, ਬੇਸ਼ਰਮ ਜਾ, ਨਾਲੇ ਇਹ ਤਾਂ ਮੇਰੀ ਖੱਬੇ ਹੱਥ ਦੀ ਗੇਮ ਆ। ਐਂ ਦੱਸ ਫਿਰ ਮੈਨੂੰ ਕੀ ਦੇਵੇਂਗਾ ਤੂੰ? ਐਂ ਦੱਸ ਤੈਨੂੰ ਚਾਹੀਦਾ ਕੀ ਆ? ਮੈਨੂੰ ਤਾਂ ਵੀਰੇ ਆਈਫੋਨ ਚਾਹੀਦਾ। ਆਈਫੋਨ ਤਾਂ ਤੂੰ ਇੱਕ ਤੇ ਬੋਲ ਰਹੀ, ਪਰ ਮੇਰੀ ਗੱਲ ਦਾ ਜੇ ਆ ਗੱਲ ਆ ਨਾ, ਕੰਮ ਤਾਂ ਹੋਇਆ ਸਮਝ ਵੀਰੇ। ਅੱਛਾ ਮੈਨੂੰ ਪਹਿਲਾਂ ਮੈਨੂੰ ਇਹ ਦੱਸ, ਤੇਰੀ ਮੰਮੀ ਕਿਤੇ ਜਲਦੀ ਤਾਂ ਨਹੀਂ ਆਜੂਗੀ? ਉਦਣ ਤਾਂ ਉਹਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ। ਨਹੀਂ ਮੰਮੀ ਹੁਣੇ ਦਵਾਈ ਲੈਣ ਗਏ ਆ, ਸ਼ਾਮ ਨੂੰ ਆਉਣਗੇ। ਅੱਛਾ ਤੇਰੇ ਨਾਲ ਨਾ ਮੈਂ ਇੱਕ ਜ਼ਰੂਰੀ ਗੱਲ ਕਰਨੀ ਸੀ, ਤੇਰੇ ਫਾਇਦੇ ਦੀ ਆ। ਅੱਛਾ ਦੱਸ ਫਿਰ ਕਿਹੜੀ ਗੱਲ ਕਰਨੀ ਆ? ਮੈਂ ਚਾਹੁੰਦੀ ਹਾਂ ਤੂੰ ਮੇਰੀ ਭਾਬੀ ਬਣ ਜਾਏ। ਤੂੰ ਸ਼ਕਲ ਦੇਖੀ ਆਪਦੇ ਭਰਾ ਦੀ, ਨਾ ਸ਼ਰਮ ਮੰਨ, ਜ਼ਮੀਨ ਨਹੀਂ ਜਾਇਦਾਦ ਨਹੀਂ ਤੁਹਾਡੇ ਕੋਈ। ਮੰਨਿਆ ਤੁਹਾਡੇ ਕੋਲ ਜ਼ਮੀਨ ਜਾਇਦਾਦ ਆ, ਤੁਸੀਂ ਸੋਹਣੇ ਹੋ, ਪਰ ਤੇਰੇ ਕੋਲ ਆਜ਼ਾਦੀ ਹੈ ਨਹੀਂ, ਨਾ ਤੇਰੇ ਘਰ ਦੇ ਤੈਨੂੰ ਕਿਤੇ ਜਾਣ ਦਿੰਦੇ ਆ, ਨਾ ਕਿਤੇ ਕੁਝ ਖਾਣ ਦਿੰਦੇ ਆ, ਨਾ ਤੈਨੂੰ ਚੱਜ ਦੇ ਕੱਪੜੇ ਪਾਉਣ ਦਿੰਦੇ ਆ, ਹੋਰ ਤਾਂ ਹੋਰ ਤੈਨੂੰ ਇਕੱਲੀ ਨੂੰ ਘੁੰਮਣ ਵੀ ਨਹੀਂ ਦਿੰਦੇ। ਸਾਡੇ ਘਰੇ ਆਏਂਗੀ ਨਾ, ਸਾਰਾ ਕੁਝ ਮਰਜ਼ੀ ਨਾਲ ਕਰੇਂਗੀ, ਕਿੱਥੇ ਮਰਜ਼ੀ ਜਾਈਂ, ਜੋ ਮਰਜ਼ੀ ਖਾਈ, ਜੋ ਮਰਜ਼ੀ ਪਾਈ, ਹੋਰ ਤਾਂ ਹੋਰ ਤੇਰੇ ਘਰ ਦੇ ਤੈਨੂੰ ਜੀਨ ਵੀ ਨਹੀਂ ਪਾਉਣ ਦਿੰਦੇ, ਸਾਡੇ ਘਰੇ ਕੁਝ ਮਰਜ਼ੀ ਪਾਈ। ਗੱਲ ਤਾਂ ਤੇਰੀ ਠੀਕ ਆ ਜੋਤੀ, ਪਰ ਮੇਰੇ ਘਰਦਿਆਂ ਨੇ ਨਹੀਂ ਮੰਨਣਾ।
ਜਦੋਂ ਤੂੰ ਰਾਜ਼ੀ ਆ ਆਪਾਂ ਤੇਰੇ ਘਰਦਿਆਂ ਤੋਂ ਕੀ ਲੈਣਾ, ਨਾਲੇ ਜਿਨ੍ਹਾਂ ਦੇ ਘਰਦੇ ਨਹੀਂ ਮੰਨਦੇ ਉਹਨਾਂ ਦਾ ਕਿਹੜਾ ਵਿਆਹ ਨਹੀਂ ਹੁੰਦਾ। ਠੀਕ ਹੈ ਭੈਣੇ, ਮੈਂ ਸੋਚੂੰਗੀ, ਨਾਲੇ ਮੇਰਾ ਭਰਾ ਤੈਨੂੰ ਬਹੁਤ ਪਿਆਰ ਕਰਦਾ, ਤੈਨੂੰ ਬਹੁਤ ਖੁਸ਼ ਰੱਖੂ। ਜੇ ਤੂੰ ਸੋਚਣਾ ਤੂੰ ਆਪਣੀ ਆਜ਼ਾਦੀ ਬਾਰੇ ਸੋਚ, ਨਾਲੇ ਸ਼ਾਮ ਨੂੰ ਮੈਨੂੰ ਫ੍ਰੀ ਹੋ ਕੇ ਫੋਨ ਕਰ ਲਈ, ਮੈਂ ਤੇਰੀ ਗੱਲ ਕਰਾਊਂ ਮੇਰੇ ਭਰਾ ਨਾਲ। ਹੋਰ ਭਾਈ ਸਤਵੰਤਾ, ਤੂੰ ਤਾਂ ਕੁਛ ਖਾਂਦਾ ਪੀਂਦਾ ਨਹੀਂ ਯਾਰ, ਚੱਲ ਅੱਜ ਫਿਰ ਮਾੜਾ ਮੋਟਾ ਲਾ ਹੀ ਲੱਗੇ। ਉਹ ਨਾ ਭਰਾਵਾ, ਉਹ ਨਸ਼ਾ ਪੱਤਾ ਛੱਡ, ਦਾਰੂ ਦੂਰੂ ਸਾਡੇ ਕੁਛ ਨਹੀਂ ਚੱਲਦੀ, ਮਾਰ ਦੂੰ ਮੈਨੂੰ ਵੱਡਾ ਭਰਾ ਕੁੱਟ ਕੇ। ਚੱਲ ਦਾਰੂ ਨਹੀਂ ਤਾਂ ਐਂ ਕਰ, ਕੱਲ੍ਹ ਨੂੰ ਯਾਰ ਵਿਹਲੇ ਹਾਂ ਅਤੇ ਸ਼ਹਿਰ ਘੁੰਮ ਫਿਰ ਹੀ ਆਈਏ ਆਪਾਂ ਯਾਰ। ਉਹ ਸੱਚ ਘੁੰਮਣ ਫਿਰਨ ਤੋਂ ਜ਼ਿਆਦਾ ਹੈ, ਕੱਲ੍ਹ ਨੂੰ ਤਾਂ ਕੁੜੀ ਦਾ ਪੇਪਰ ਆ ਅਤੇ ਮੈਂ ਜਾਣਾ ਚੰਡੀਗੜ੍ਹ ਅਤੇ ਬਾਈ ਨੂੰ ਕੱਲ੍ਹ ਨੂੰ ਕਚਹਿਰੀਆਂ 'ਚ ਕੰਮ ਆ, ਅਤੇ ਉਹਦਾ ਪੇਪਰ ਕੌਣ ਦਵਾ ਕੇ ਲਿਓ? ਅਤੇ ਬਾਈ ਯਾਰ ਮੈਂ ਹੈਗਾ, ਮੈਂ ਵਿਹਲਾ ਹੀ ਹਾਂ ਕੱਲ੍ਹ ਨੂੰ, ਅਤੇ ਮੈਂ ਦਵਾ ਲਿਓ ਪੇਪਰ ਯਾਰ। ਸੱਚ, ਹਾਂ ਤਾਂ ਮੈਂ ਸੋਚਿਆ ਤੂੰ ਤਾਂ ਵਿਹਲੇ ਹੁੰਦਾ ਹੈ ਨਾ। ਮੈਂ ਵਿਹਲਾ ਬਾਈ ਯਾਰ। ਗੱਲ ਸੁਣ, ਮੇਰੇ ਨਾਲ ਓਨੀ ਗੱਲ ਕਰੀ ਜਿੰਨੀ ਪਗਾ ਲਏਗਾ, ਕੱਲ੍ਹ ਨੂੰ ਪੱਕਾ ਦਵਾ ਲਏਗਾ ਨਾ। ਯਾਰ ਭਰਾ ਤੂੰ ਬੇਫਿਕਰ ਰਹਿ, ਟੈਨਸ਼ਨ ਫ੍ਰੀ ਰਹਿ ਯਾਰ, ਮੈਂ ਆਪੇ ਜਾਊਂਗਾ, ਮੇਰੀ ਜ਼ਿੰਮੇਵਾਰੀ। ਚੱਲ ਠੀਕ ਆ, ਚੱਲੀਏ ਗਰਾਊਂਡ 'ਚ ਆਪਾਂ। ਚੱਲ ਆ ਗਰਾਊਂਡ 'ਚ ਜਾ, ਤੂੰ ਇਹ ਟੈਨਸ਼ਨ ਨਾ ਲੈ। ਹਾਂ ਠੀਕ। ਹਾਂ ਭਾਈ, ਕਿਵੇਂ ਆਇਆ ਸੀ? ਮੈਨੂੰ ਸਤਵੰਤ ਬਾਈ ਨੇ ਕਿਹਾ ਸੀਗਾ ਮਨੂ ਦਾ ਪੇਪਰ ਹੈ ਅਤੇ ਉਹਨੂੰ ਕਾਲਜ ਛੱਡਿਆ ਜੀ। ਕੋਈ ਨਹੀਂ ਕਾਕਾ, ਮੈਂ ਆਪਦੇ ਭਤੀਜੇ ਨੂੰ ਕਹਿ ਦੂੰਗਾ, ਉਹ ਮਨੂ ਨੂੰ ਛੱਡਿਆ ਆਊਗਾ ਕਾਲਜ। ਠੀਕ ਆ ਤਾਇਆ, ਮੈਨੂੰ ਤਾਂ ਬਾਈ ਸਤਵੰਤ ਨੇ ਕਿਹਾ ਸੀ, ਮੈਂ ਤਾਂ ਆਇਆ ਸੀ। ਉਹਨੂੰ ਕੀ ਕਹਿਣਾ, ਸਾਡੇ ਖਾਨਦਾਨ ਦੀਆਂ ਕੁੜੀਆਂ ਐਵੇਂ ਨਹੀਂ ਆਦੇ ਕਰੇ ਪਿੱਛੇ ਪੈ ਰਹੀਆਂ। ਹੈਲੋ। ਹੈਲੋ, ਕੀ ਗੱਲ, ਤੁਸੀਂ ਅੱਜ ਮੈਨੂੰ ਕਾਲਜ ਛੱਡਣ ਨਹੀਂ ਆਏ? ਸਤਵੰਤ ਵੀਰ ਨੇ ਕਿਹਾ ਸੀ ਕਿ ਤੁਸੀਂ ਕਾਲਜ ਛੱਡਣ ਜਾਓਗੇ। ਆਇਆ ਸੀ ਮੈਂ ਤੇਰੇ ਘਰੇ, ਪਰ ਤੇਰਾ ਬਾਪੂ ਬਹੁਤ ਬੁਰਾ ਭਲਾ ਬੋਲਿਆ ਮੈਨੂੰ। ਅੱਛਾ, ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ। ਚੱਲ ਛੱਡ ਉਹ ਗੱਲ, ਤਾਂ ਜੇ ਇਹਨਾਂ ਨੂੰ ਆਪਣਾ ਪਤਾ ਲੱਗ ਗਿਆ ਨਾ ਗੱਲ ਦਾ ਆਪਣੀ ਦਾ, ਤੇ ਆਪਾਂ ਨੂੰ ਇਹ ਜਾਨੋ ਮਾਰ ਦੇਣਗੇ ਦੋਵਾਂ ਨੂੰ। ਤੇ ਇਸ ਦਾ ਹੁਣ ਫਿਰ ਹੱਲ ਕੀ ਆ? ਇਹਦਾ ਹੱਲ ਇੱਕੋ ਹੀ ਆ, ਆਪਾਂ ਕਿਤੇ ਦੂਰ ਚਲੇ ਜਾਈਏ ਤੇ ਉੱਥੇ ਜਾ ਕੇ ਆਪਾਂ ਵਿਆਹ ਕਰਾ ਲਈਏ। ਨਹੀਂ ਨਹੀਂ, ਮੈਂ ਭੱਜ ਕੇ ਵਿਆਹ ਨਹੀਂ ਕਰਾਉਣਾ। ਦੇਖ ਮਨੂ, ਤੇਰੇ ਘਰਦਿਆਂ ਨੇ ਆਪਣੇ ਵਿਆਹ ਲਈ ਮੰਨਣਾ, ਕਰਾਉਣਾ ਤਾਂ ਵਿਆਹ ਆਪਾਂ ਨੂੰ ਪੈਣਾ ਭੱਜ ਕੇ। ਮੰਨਣਾ ਕਿਉਂ ਨਹੀਂ, ਹੋ ਸਕਦਾ ਸਾਡੇ ਘਰ ਦੇ ਵਿਆਹ ਵਾਸਤੇ ਮੰਨ ਨਹੀਂ ਜਾਣ। ਯਾਰ ਨਹੀਂ ਮੰਨਣਾ ਤੇਰੇ ਘਰਦਿਆਂ ਨੇ ਵਿਆਹ ਨੂੰ, ਤੇਰੀ ਜਾਤੀ ਹੋਰ ਆ ਮੇਰੀ ਜਾਤੀ ਹੋਰ ਆ ਯਾਰ, ਇਸੇ ਜਾਤ ਪਾਤ ਦੇ ਚੱਕਰ 'ਚ ਤੇਰੇ ਘਰਦਿਆਂ ਨੇ ਕਿਤੇ ਹੋਰ ਵਿਆਹ ਕਰ ਦੇਣਾ, ਜੇ ਤੇਰਾ ਵਿਆਹ ਕਿਤੇ ਹੋਰ ਕਰਤਾ ਨਾ ਤੇ ਯਾਰ ਮੈਂ ਮਰ ਜੂੰ। ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਯਾਰ। ਨਹੀਂ ਕਰਾਉਂਦੀ ਮੈਂ ਹੋਰ ਕਿਤੇ ਵਿਆਹ, ਪਰ ਮੈਨੂੰ ਥੋੜ੍ਹਾ ਸੋਚਣ ਲਈ ਟਾਈਮ ਦਿਓ। ਚੱਲ ਚੰਗਾ, ਠੀਕ ਆ। ਆ ਗਿਆ ਬਈ। ਓਹੋ, ਮੇਰੀ ਗੱਲ ਸੁਣ, ਸੋਸਾਇਟੀ ਵਾਲ ਤੋਂ ਕਰਿਆ ਪਤਾ ਕਿੰਨੇ ਪੈਸੇ ਉਹਨਾਂ ਦੇ? ਹਾਂ ਪਤਾ ਕਰਿਆ ਬਈ। ਹਾਂ, ਉਹ ਕਹਿੰਦੇ ਵੀ 6 ਲੱਖ ਤੇ 12 ਕੁ ਹਜ਼ਾਰ ਬਣਦਾ ਉੱਤੇ ਸਾਰਾ। ਅੱਛਾ, ਮੇਰੀ ਗੱਲ ਸੁਣ, ਮੈਂ ਗਿਆ ਸੀ ਭੋਲੇ ਆੜ ਦੇ ਕੋਲੇ। ਅੱਛਾ, ਹੁਣ ਇਹਦਾ ਆਪਾਂ ਨੂੰ 8 ਲੱਖ ਰੁਪਇਆ, ਉਹਨਾਂ ਨੂੰ 2 ਸਾਲ ਤੱਕ ਯਾਰ ਕੋਈ ਵਿਆਜ ਨਹੀਂ ਦਿੰਦਾ, ਆਪਣੇ ਯਾਰ ਦਿਮਾਗ ਤੋਂ ਬੋਝ ਲੈ ਗਿਆ। ਮੇਰੀ ਗੱਲ ਸੁਣ, ਅੱਜ ਤਾਂ ਗਿਆ ਐਤਵਾਰ, ਕੱਲ ਨੂੰ ਸੁਬਹਾ ਜਾ ਕੇ ਨਾ ਸੋਸਾਇਟੀ ਦੇ ਸਾਰੇ ਪੈਸੇ ਭਰ ਦੇ ਤੇ ਬਾਕੀ ਪੈਸੇ ਫੜਾ ਦੀ ਬੇਬੇ ਨੂੰ। ਠੀਕ ਹੈ? ਠੀਕ ਆ। ਤੇ ਆਪਾਂ ਸੱਚ ਖੇਤ ਚੱਲ ਗਏ? ਤੂੰ ਇੱਕ ਕੰਮ ਕਰ ਯਾਰ, ਬੇਬੇ ਨੂੰ ਫੜਾ ਕੇ ਪੈਸੇ ਵਾਲਾ ਪਾਣੀ ਲਿਆ ਲਾ। ਮੈਂ ਪਾਣੀ ਲਿਆ ਕੇ ਨਾਲ ਬੇਬੇ ਨੂੰ ਫੜਾ ਲਾ, ਸੂਚ ਰੱਖ ਲੂ। ਹਾਂ।
ਹਾਂ ਕੁਲਵਿੰਦਰ ਪਹੁੰਚ ਗਏ ਘਰੇ? ਅੱਜ ਆਪਾਂ ਕਿੰਨੀ ਮਸਤੀ ਕੀਤੀ। ਜਿਹੜੀ ਫਿਲਮ ਦੇਖੀ ਸੀ ਨਾ ਬਹੁਤ ਸੋਹਣੀ ਫਿਲਮ ਸੀ। ਮੈਂ ਜ਼ਿੰਦਗੀ 'ਚ ਨਾ ਪਹਿਲੀ ਵਾਰੀ ਘੁੰਮੀ ਫਿਰੀ ਹਾਂ ਇੰਨਾ ਤੁਹਾਡੇ ਨਾਲ। ਮੈਨੂੰ ਤੁਹਾਡੇ ਨਾਲ ਘੁੰਮ ਕੇ ਨਾ ਬਹੁਤ ਚੰਗਾ ਲੱਗਿਆ। ਹੁਣ ਤਾਂ ਮੈਨੂੰ ਆਪਣਾ ਘਰ ਜ਼ੇਰ ਲੱਗਦਾ। ਤੁਸੀਂ ਜਿਹੜੇ ਅੱਜ ਮੈਨੂੰ ਬਰਗਰ ਖਵਾਇਆ ਸੀ ਨਾ ਉਹ ਬਹੁਤ ਸਵਾਦ ਸੀ। ਆਪਾਂ ਫਿਰ ਕੱਲ੍ਹ ਚੱਲੀਏ ਘੁੰਮਣ। ਆਪਾਂ ਨੇ ਕੱਲ੍ਹ ਮਾਲ ਘੁੰਮਣ ਜਾਣਾ ਅਤੇ ਮੈਂ ਸ਼ੋਪਿੰਗ ਕਰ ਲਈ ਹਾਂ। ਕੱਲ੍ਹ ਨੂੰ ਤੁਸੀਂ ਮੈਨੂੰ ਜੀਨ ਲੈ ਕੇ ਦੇ ਦਿਓ। ਭਾਬੀ ਚੱਕਰ ਨਹੀਂ, ਨਾਲ ਗੱਲ ਸਮੇਂ ਤੋਂ ਵੀ ਸਾਡੇ ਘਰ ਦਾ ਨੂਣ ਖਾ ਕੇ ਚੱਲਾ, ਸਾਡੇ ਘਰ ਦੀ ਇੱਜ਼ਤ ਕਾਲੀ, ਦਿਖਾ ਦੀ ਆਪਣੀ ਔਕਾਤ। ਜੇ ਅੱਜ ਤੋਂ ਬਾਅਦ ਸਾਡੇ ਘਰ ਦੇ ਆਸ ਪਾਸ ਵੀ ਦਿਖ ਗਿਆ ਨਾ ਤਾਂ ਮੈਂ ਇਹਨਾਂ ਦੋਵਾਂ ਭਰਾਵਾਂ ਨੂੰ ਦੱਸ ਦੂੰਗੀ, ਫਿਰ ਦੇਖੀ ਤੇਰਾ ਕੀ ਬਣਦਾ। ਇਹ ਗੱਲ ਕਿਸੇ ਕੋਲ ਕਰੀ ਨਾ, ਇਸ ਨਾਲ ਸਾਡੀ ਵੀ ਇੱਜ਼ਤ ਬਚੀ ਰਹੂ ਅਤੇ ਤੇਰੀਆਂ ਹੱਡੀਆਂ। ਨਹੀਂ ਤੈਨੂੰ ਘੋੜਾ ਸ਼ਰਤੀ ਆਈ ਬੇਬੇ, ਗੱਲ ਸੁਣੀ? ਨਹੀਂ ਤਾਂ ਪਤਾ ਕੀ ਗੱਲ ਹੋ ਗਈ ਬੇਬੇ? ਜਿਹੜੀ ਗੱਲ ਦਾ ਡਰ ਸੀ ਉਹੀ ਗੱਲ ਹੋ ਗਈ। ਇਹਨੇ ਤਾਂ ਆਪਣੀ ਇੱਜ਼ਤ ਤਾਰ ਤਾਰ ਕਰਤੀ ਬੇਬੇ। ਅੱਜ ਮੈਂ ਤਲਵਿੰਦਰ ਨਾਲ ਗੱਲਾਂ ਕਰਦੀ ਵੀਡੀਓ ਕਾਲ ਤੇ ਫੜ ਲਈ। ਜੇ ਮੇਰੇ ਤੇ ਨਹੀਂ ਯਕੀਨ ਤਾਂ ਫੋਨ ਚੈੱਕ ਕਰ ਲਾ। ਨਹੀਂ ਕੱਲ ਨੂੰ ਹੈ ਤੂੰ ਸਾਨੂੰ ਪਿੰਡ 'ਚ ਬਾਹਰ ਨਿਕਲ ਜੋ ਕੇ ਨਹੀਂ ਛੱਡਿਆ। ਨਹੀਂ ਜਿਨ੍ਹਾਂ ਨੂੰ ਅਸੀਂ ਜੂਠਾ ਭਾਂਡਾ ਨਾ ਦੇ ਗਏ ਤੂੰ ਉਹਨਾਂ ਨਾਲ ਖਾਵੇਂ? ਨਹੀਂ ਤੂੰ ਉਹਨਾਂ ਨੇ ਜਾਵੇਂ? ਨਹੀਂ ਤੂੰ ਮਤਲਬ ਇਸ ਗੱਲ ਦੀ ਕਿਸੇ ਵੱਲ ਭਾਫ਼ ਨਹੀਂ ਨਿਕਲਣੀ ਚਾਹੀਦੀ ਬੇਬੇ। ਮੈਂ ਤਾਂ ਕੀ ਇਸ ਗੱਲ ਦੀ ਭਾਫ਼ ਕੱਢਣੀ ਆ? ਇਹਨੂੰ ਉਹਦੇ ਨਾਲ ਘੁੰਮਦੀ ਨੂੰ ਕੀ ਪਤਾ ਕਿਹਨੇ ਕਿਹਨੇ ਦੇਖਿਆ। ਮੈਂ ਤਾਂ ਕਹਿੰਦੀ ਹਾਂ ਆਪਦੇ ਪੁੱਤਾਂ ਨੂੰ ਕਹਿ ਕੇ ਇਹਨੂੰ ਵਿਆਹ ਕੇ ਇਹਦਾ ਫਾਹਾ ਵੱਢੋ। ਇਹਦਾ ਇਹੀ ਹੱਲ ਆ, ਕਰਦੀ ਹਾਂ ਮੈਂ ਮੁੰਡਿਆਂ ਨਾਲ ਗੱਲ, ਵੱਢਦੀ ਇਹਦਾ ਫਾਹਾ। ਬੇਬੇ ਕਿਉਂ ਸਿਰ ਚਾਬਨ ਨਹੀਂ ਬੈਠੀ ਆ? ਮੈਂ ਪੁੱਤ ਕਾਹਦਾ ਸਿਰ ਬੰਨਣਾ, ਮੇਰਾ ਤਾਂ ਬਲੱਡ ਬਾਹਲਾ ਹੀ ਵੱਧਦਾ, ਅੱਜ ਜ਼ਿਆਦਾ ਹੀ ਵੱਧ ਗਿਆ ਸੀ ਕੁਛ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਮੈਂ ਤਾਂ ਨਹੀਂ ਇਹਨਾਂ ਮਨੂ ਦਾ ਵਿਆਹ ਕਰ ਲਿਆ। ਉਹ ਮਾਂ ਮਨੂ ਦੀ ਪੜ੍ਹਾਈ ਦਾ ਇੰਨਾ ਖਰਚਾ ਕਰੀ ਬੈਠੇ ਆ, ਉਹਦਾ ਕੀ ਬਣੂ ਉਹਦੀ ਪੜ੍ਹਾਈ ਦਾ? ਜੀ ਇਸ ਪਰੇਸ਼ਾਨੀ ਦਾ ਹੱਲ ਵੀ ਤੁਹਾਡੀ ਦਾ ਸੀ ਕੱਢੀ ਬੈਠੀ ਆ। ਉਹ ਕਿਵੇਂ? ਤੁਹਾਡੀ ਬੱਬੂ ਭੈਣ ਆ ਜਿਹੜੀ ਉਹਦਾ ਦਿਓਰ ਕੁਵਾਰਾ ਹੈ ਤੇ ਉਹ ਕਹਿੰਦੇ ਤੁਹਾਡੀ ਕੁੜੀ ਦੀ ਅਸੀਂ ਪੜ੍ਹਾਈ ਦੀ ਪੂਰੇ ਜ਼ਿੰਮੇਵਾਰੀ ਲਵਾਂਗੇ ਤੇ ਤੁਸੀਂ ਸਾਨੂੰ ਰਿਸ਼ਤਾ ਦੇ ਦਿਓ। ਭਾਬੀ ਗੱਲ ਸੁਣ ਮੇਰੀ, ਉਹਨਾਂ ਨਾਲ ਚੰਗੀ ਤਰ੍ਹਾਂ ਗੱਲ ਖੋਲ ਲਈ, ਪੜ੍ਹਾਈ ਦੇ ਪੈਸਿਆਂ ਦਾ ਸਾਰਾ ਖਰਚਾ ਅਸੀਂ ਕਰ ਦਿਆਂਗੇ, ਪਰ ਸਾਡੀ ਕੁੜੀ ਦੀ ਪੜ੍ਹਾਈ ਨਹੀਂ ਖਰਾਬ ਹੋਣੀ ਚਾਹੀਦੀ। ਚੱਲ ਕੋਈ ਨਹੀਂ ਸਤਵੰਤ, ਕਰਦੀ ਹਾਂ ਮੈਂ ਉਹਨਾਂ ਨਾਲ ਗੱਲ ਅੱਜ। ਬੇਬੇ ਚੱਲ ਜੇ ਤੇਰੀ ਇਸੇ 'ਚ ਖੁਸ਼ੀ ਆ ਚੱਲ ਫਿਰ ਕੋਈ ਗੱਲ ਨਹੀਂ, ਕਰ ਦਿੰਦੇ ਕੁੜੀ ਦਾ ਵਿਆਹ ਆਪਾਂ, ਮੈਨੂੰ ਕੋਈ ਦਲਾ ਦੇ, ਪਰ ਤੂੰ ਟੈਨਸ਼ਨ ਨਾ ਲਿਆ ਕਰ, ਜਿਵੇਂ ਆਖੀ ਉਵੇਂ ਕਰ ਲਵਾਂਗੇ। ਠੀਕ ਹੈ ਕੀ ਬਣਿਆ, ਲੱਗ ਗਿਆ ਪਤਾ ਕਰੇ ਸਾਰਿਆਂ ਨੂੰ? ਨਹੀਂ ਨਹੀਂ, ਗੱਲ ਤਾਂ ਹਲੇ ਭਾਬੀ ਤੇ ਮੰਮੀ ਵਿੱਚ ਹੀ ਆ, ਪਰ ਇੱਕ ਪੰਗਾ ਪੈ ਗਿਆ ਯਾਰ। ਕੀ? ਮੇਰਾ ਵਿਆਹ ਕਰਨ ਲੱਗੇ ਆ। ਐਂ ਕਿਵੇਂ ਕਰ ਦੇਣਗੇ ਵਿਆਹ ਯਾਰ, ਮੈਨੂੰ 2-4 ਦਿਨ ਦੇ, ਆਪਾਂ ਕਰਦੇ ਆ ਕੋਈ ਜਿਗਾੜ। 2-4 ਦਿਨ ਤਾਂ ਬਾਲੇ ਆ, ਇਹਨਾਂ ਦਾ ਕੀ ਪਤਾ, ਮੈਨੂੰ ਕੱਲ ਨੂੰ ਚੁੰਨੀ ਚੜਾ ਕੇ ਤੋੜ ਦੇਣ। ਜੇ ਕੋਈ ਹੱਲ ਕਰਨਾ ਤਾਂ ਅੱਜ ਰਾਤ ਨੂੰ ਕਰ। ਯਾਰ ਇੰਨੀ ਜਲਦੀ ਕਿਵੇਂ ਹੱਲ ਹੋ ਜੂ, ਮੇਰੇ ਕੋਲ ਤਾਂ ਹੁਣ ਕੋਈ ਪੈਸਾ ਵੀ ਹੈ ਨਹੀਂ। ਪੈਸਿਆਂ ਦਾ ਫਿਕਰ ਨਾ ਕਰ, ਪੈਸੇ ਹੈਗੇ ਆ ਸਾਡੇ ਘਰੇ। ਮਤਲਬ? ਅੱਜ ਸਾਡੇ ਘਰੇ 8 ਲੱਖ ਰੁਪਈਆ ਆਇਆ ਅੜਤੀਏ ਤੋਂ, ਅਤੇ ਕੁਛ ਬੇਬੇ ਦਾ ਸੁਣਾ ਪਿਆ, ਉਹ ਮੈਂ ਸਾਰਾ ਚੱਕ ਲਿਆ ਹੁੰਦੀ, ਅਤੇ ਆਪਾਂ ਅੱਜ ਰਾਤ ਨੂੰ ਵਿਆਹ ਕਰਾ ਲਏ। ਚੱਲ ਠੀਕ ਆ ਫਿਰ, ਤੂੰ ਰਾਤ ਨੂੰ ਮੈਨੂੰ 10 ਵਜੇ ਨਾ ਪੁਰਾਣੇ ਖੂਹ ਕੋਲ ਮਿਲ। ਠੀਕ ਆ। ਲੈ ਵੀ ਤਲਵਿੰਦਰ ਸਿੰਘ, ਬਣ ਗਈ ਗੱਲ, ਖਿੱਚਲਾ ਵਿਆਹ ਦੀ ਤਿਆਰੀ ਹੁਣ ਤਾਂ। ਬੇਬੇ ਭਾਬੀ ਮੇਰੇ ਤੋਂ ਨਾ ਬਹੁਤ ਵੱਡੀ ਗਲਤੀ ਹੋ ਗਈ, ਪਰ ਹੁਣ ਇੱਦਾਂ ਦੀ ਗਲਤੀ ਨਹੀਂ ਮੈਂ ਕਦੀ ਕਰਦੀ। ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਵਿਆਹ ਕਰਵਾਉਂਗੀ, ਪਰ ਵੀਰੇ ਹੋਣਿਆਂ ਨੂੰ ਨਾ ਦੱਸਿਓ। ਤੇਰੀ ਗਲਤੀ ਮਾਫ਼ ਕਰਨ ਲਾਇਕ ਤਾਂ ਹੈ ਨਹੀਂ, ਜੇ ਤੈਨੂੰ ਗਲਤੀ ਦਾ ਅਹਿਸਾਸ ਆ
ਤੇ ਚੱਲ ਇੱਕ ਵਾਰ ਮਾਫ ਕਰ ਦਿੰਨੇ ਆ। ਤੂੰ ਇਸ ਘਰ ਦੀ ਇੱਜ਼ਤ ਆ, ਤੈਨੂੰ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਸੀ। ਚੱਲ ਕੋਈ ਨੀ, ਐਰਕੀ ਤੈਨੂੰ ਮਾਫ ਕੀਤਾ। ਕੋਈ ਨੀ, ਅੱਗੇ ਤੋਂ ਨਾ ਇਹੋ ਜਿਹੀ ਕੋਈ ਗਲਤੀ ਕਰੀ। ਚੰਗਾ ਫਿਰ ਭਾਬੀ, ਮੈਂ ਦੁੱਧ ਲੈ ਕੇ ਆਉਂਦੀ ਹਾਂ ਤੁਹਾਡੇ ਵਾਸਤੇ। ਚੱਲ ਠੀਕ ਆ, ਚੰਗਾ। ਸੱਤ ਵੱਜ ਗਏ, ਸੁੱਤੀਆਂ ਪਈਆਂ ਤੁਸੀਂ, ਕੀ ਹੋ ਗਿਆ ਬੇਬੇ? ਕੀ ਹੋ ਗਿਆ ਬੇਬੇ, ਕੀ ਗੱਲ ਹੋ ਗਈ? ਦੱਸਦੀ ਆ, ਖੜ ਗਿਆ, ਦੱਸਦੀ ਆ। ਬਈ ਕੀ ਹੋ ਗਿਆ ਬੇਬੇ, ਘਬਰਾਈ ਜੀ ਜਾਂਦੇ ਸੀ? ਮੈਨੂੰ ਵੀ ਲੱਗਿਆ, ਆਹ ਦੇਖੀ। ਬੇਬੇ ਆ ਜਿੰਦਾ ਤਾਂ ਮਨੂ ਦੇ ਸਰਾਣੇ ਮਿਲਿਆ, ਤੇ ਮਨੂ ਤਾਂ ਸਾਰੇ ਘਰ ਚ ਹੈ ਨੀ, ਪੈਸੇ ਤੇ ਗਏ ਨੀ ਕਿਤੇ। ਕੀ ਗੱਲ ਹੋਈ, ਕਿਉਂ ਵਧਾਈਆਂ ਨਹੀਂ? ਕੁਛ ਨੀ ਹੋਇਆ। ਕੀ ਹੋ ਗਿਆ ਬੇਬੇ? ਮੈਂ ਪੁੱਤ ਮੰਨੂ ਕੁੜੀ ਭੱਜ ਗਈ ਆਪਣੀ। ਉਹ ਆਇਆ ਕਿ ਭੱਜ ਗਈ ਹੈ, ਭਗਾਈ ਕਰੀ ਜਾਂਦਾ ਜੀ। ਆ ਜਿੰਦਾ ਨਾ ਮੰਨੂ ਦੇ ਸਰਾਣੇ ਮਿਲਿਆ, ਤੇ ਪੈਸੇ ਤੇ ਗਿਆ ਨੀ ਵੀ ਖਾਣੀ ਤਾਂ। ਇਹ 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 ਕੀ ਸੁਣ ਰਿਹਾ ਸੀ ਬੇਬੇ? ਤੂੰ ਬੋਲ, ਜਵਾਬ ਦੇ ਇਸ ਗੱਲ ਦਾ। ਪਤਾ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ, ਮੈਂ ਦੱਸਦੀ ਹਾਂ ਤੁਹਾਨੂੰ ਸਾਰੀ ਗੱਲ। ਗੱਲ ਸੁਣੋ ਪਾਤਾ, ਉਹ ਮੁੰਡੇ ਨੂੰ ਛੱਡੋ ਨਾ ਜਿਹਨੇ ਆਪਣੀ ਇੱਜ਼ਤ ਰੋਲੀ ਹੈ, ਪਰ ਸਭ ਤੋਂ ਪਹਿਲਾਂ ਆਪਣੀ ਕੁੜੀ ਨੂੰ ਖਤਮ ਕਰੇ। ਮਾਤਾ ਭੈਣ ਤੁਹਾਨੂੰ ਕਦੇ ਸਮਝਿਆ ਹੀ ਨਹੀਂ,
ਭਰਾ ਸਮਝੇ ਭਰਾ ਬਰਾਬਰ ਦਾ। ਜ਼ਿੰਦਗੀ ਦੀ ਉਹਦੀ ਹਰ ਖੁਸ਼ੀ ਪੂਰੀ ਕਰੀ, ਪਰ ਉਹਨੂੰ ਅੱਜ ਦਿਖਾਵਾਂਗੇ। ਪਰ ਅਗਰ ਮਰਦ ਜਾਤੇ ਉਹ ਦਿਮਾਗ 'ਤੇ ਭੂਤ ਸਵਾਰ ਹੁੰਦਾ ਨਾ, ਉਹ ਵੀ ਸਾਡੀ ਇੱਜ਼ਤ ਨਾਲ ਖੇਡਦਾ, ਅੱਜ ਦਿਖਾਵਾਂਗੇ ਉਹਨੂੰ ਵੀ ਅਸੀਂ ਕੀ ਕਰ ਸਕਦੇ। ਨਾਲੇ ਬੇਬੇ ਤੂੰ ਕਹਿੰਦੀ ਸੀ ਨਾ ਪਰ ਬਰੈਂਚ ਘਰੇ ਲੈ ਆਓ, ਹੁਣ ਤਾਂ ਉਹਦੀ ਇਸ ਘਰੇ ਲਾਸ਼ ਵੀ ਨਹੀਂ ਆਉਂਦੀ। ਚਲੇ ਗਿਆ ਬਈ ਚੱਲ। ਭਾਈ ਪਤਾ ਯਾਰ, ਭਾਲ ਭਾਲ ਕੇ ਖੰਭ ਗਏ ਯਾਰ, ਕੋਈ ਹੱਲ ਕੱਢ ਇਹਦਾ, ਇਹ ਤਾਂ ਨਹੀਂ ਮਿਲਦੇ। ਮੇਰੇ ਦਿਮਾਗ 'ਚ ਹੋਣ ਆਇਆ ਇਸ ਚੀਜ਼ ਦਾ ਇੱਕ ਹੱਲ ਤਾਂ ਹੈ। ਹੈਲੋ, ਸਤਿ ਸ਼੍ਰੀ ਅਕਾਲ ਬਾਈ। ਨਹੀਂ ਠੀਕ ਕਾਹਦੇ ਭਰਾਵਾ, ਕੋਈ ਠੀਕ ਠਾਕ ਨਹੀਂ। ਇੱਕ ਤੇਰੇ ਅੱਗੇ ਬੇਇੱਜ਼ਤੀ ਸੀ ਮੇਰਾ, ਤੇਰਾ ਨਾਂ ਨਹੀਂ ਆਉਂਦਾ ਯਾਰ। ਇੱਕ ਨੰਬਰ ਟਰੇਸ ਕਰਾ ਦੇ, ਤੂੰ ਇਹ ਸੋਚ ਲਾ ਤੇਰੇ ਯਾਰ ਦਾ ਜਿਹਨਾਂ ਲਾਸਟ ਤੈਨੂੰ ਸੋਹਣਾ, ਤੈਨੂੰ ਸੈਰ ਮੈਂ ਲਾਸਟ ਫੋਨ ਕਰ, ਤੇਰਾ ਨਾਂ ਨਹੀਂ ਹੁੰਦਾ ਵੀਰ ਬਣ ਕੇ। ਧੰਨਵਾਦ ਤੇਰਾ ਬਹੁਤ ਬਹੁਤ ਵੀਰੇ ਯਾਰ, ਜਲਦੀ ਕਰੀ ਜਾਂਗਾ, ਘੋਲ ਵਾਲੀ ਗੱਲ ਨਾ ਕਰੀ, ਦੱਸੀ ਜਾਂਗਾ ਵੀਰ ਬਣ ਕੇ। ਠੀਕ। ਹੈਲੋ ਹੈਲੋ, ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਬਾਈ, ਓਕੇ ਜੀ ਓਕੇ ਓਕੇ। ਲੈ ਦਵਾਂ ਤਾਂ ਇੱਥੋਂ 15 ਕਿਲੋਮੀਟਰ ਦੂਰ ਆ ਸਾਲੇ, 11:30 ਵਜੇ ਆ ਅਤੇ 12 ਵਜੇ ਨੂੰ ਸਾਨੂੰ ਗੱਡੀ ਚੜ੍ਹਦੇ ਹਾਂ। ਚੱਲ ਚੱਲ ਚੱਲ। ਬੰਦਾ ਆਪਣੀਆਂ ਨਜ਼ਰਾਂ 'ਚ ਸਹੀ ਚਾਹੀਦਾ, ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਿਓ। ਆਪਣੀਆਂ ਨਜ਼ਰਾਂ 'ਚ ਸਹੀ ਚਾਹੀਦਾ, ਲੋਕਾਂ ਦੀਆਂ ਨਜ਼ਰਾਂ ਦਾ। ਸਾਲਿਆ, ਜੇ ਤੂੰ ਆਪਣੀਆਂ ਨਜ਼ਰਾਂ ਸਹੀ ਆ ਨਾ, ਇਹਦਾ ਮਤਲਬ ਦੁਨੀਆਂ 'ਚ ਗਲਤ ਹੀ ਕੋਈ ਨਹੀਂ। ਤੂੰ ਸਾਲਿਆ ਝਗੜਾ ਸਾਡੇ ਘਰ ਦਾ ਖਾ ਕੇ ਮੇਰੀ ਭੈਣ ਚੁਕਾ ਲਿਓ। ਸਾਡਾ ਰੱਬ ਤਾਂ ਤੂੰ ਸੀ, ਸਾਨੂੰ ਜਿਉਂਦੇ ਜੀ ਮਾਰਤਾ ਤੂੰ।
ਅੱਜ ਅਸੀਂ ਰੱਬ ਦੀ ਵੀ ਨਹੀਂ ਮੰਨਣੀ। ਕੁੜੀਏ ਤੈਨੂੰ ਕਿਸ ਚੀਜ਼ ਦੀ ਕਮੀ ਸੀ? 100 ਮੰਗਦੀ ਸੀ, 1000 ਦਿੰਦੇ ਸੀ, ਤੇਰੇ ਸਾਰੇ ਸੁਪਨੇ ਕੀਤੇ, ਪਰ ਅੱਜ ਕਦੇ ਤਨ ਤੇ ਚੱਜਦਾ ਕੱਪੜਾ ਪਾ ਕੇ ਨਹੀਂ ਦੇਖਿਆ। ਅਸੀਂ ਆਪਦੇ ਚਾਅ ਮਾਰ ਕੇ ਨਾ ਤੇਰੇ ਸਾਰੇ ਚਾਅ ਪੂਰੇ ਕੀਤੇ ਕਿ ਮੇਰੀ ਭੈਣ ਅਫਸਰ ਲੱਗੂਗੀ, ਹੁਣ ਕੀ ਕਹੀਏ, ਸਾਲੀ ਗੰਦਰਾ ਭੱਜ ਗਈ। ਤੂੰ ਐਂ ਦੱਸ ਵੀ ਉਸ ਬਾਪੂ ਦਾ ਕੀ ਕਸੂਰ ਸੀ ਜਿਹਦੇ ਆਪਣੇ ਚਾਰ ਆੜ ਕਰਦੇ ਤੇ ਨਾ ਜੁੱਤੀਆਂ ਕੱਸ ਗਈਆਂ, ਹੁਣ ਉਹ ਪਿੰਡ 'ਚ ਮੂੰਹ ਕੀ ਦਿਖਾਊਗਾ? ਉਹ ਇੱਕ ਵਾਰ ਉਸ ਮਾਂ ਬਾਰੇ ਸੋਚ ਲੈਂਦੀ ਜਿਹਨੇ ਤੇਰੇ ਗਲਤ ਹੋਣ 'ਤੇ ਵੀ ਤੇਰੇ ਪਰਦੇ ਰੱਖੇ, ਪਰ ਤੂੰ ਕਿਤੇ ਸੋਚਦੀ ਸੀ ਤੇਰੇ ਸਿਰ 'ਤੇ ਤਾਂ ਪਿਆਰ ਦਾ ਭੂਤ ਸਵਾਰ ਸੀ। ਉਸੇ ਬਾਪੂ ਨੇ ਤੇਰੀ ਮੌਤ ਦਾ ਹੁਕਮ ਸੁਣਾਇਆ, ਕਹਿੰਦਾ ਉਹਨੂੰ ਚਵਲ ਨੂੰ ਬਾਅਦ 'ਚ ਮਾਰਿਓ, ਕੁੜੀ ਨੂੰ ਪਹਿਲਾਂ ਮਾਰ ਦਿਓ। ਕਦੇ 10 ਮਿੰਟ ਅੱਖੋਂ ਓਹਲੇ ਹੋ ਜਾਂਦੀ ਸੀ ਨਾ, ਅੱਖਾਂ ਮੂਹਰੇ ਹਨੇਰਾ ਆ ਜਾਂਦਾ ਸੀ ਹਨੇਰਾ। ਅੱਜ ਤੈਨੂੰ ਹਮੇਸ਼ਾ ਲਈ ਉੱਪਰ ਭੇਜਣ ਲੱਗਿਆ, ਸਾਡੇ ਨਾਲ ਜੋ ਉਹ ਦੇਖੀ ਜਾਊ, ਤੂੰ ਸਾਡੇ ਸਾਰੇ ਪਰਿਵਾਰ ਦੀ ਇੱਜ਼ਤ ਰੋਲਤੀ, ਸਾਨੂੰ ਜਾਣ ਜੋ ਕਿਹੜੀ ਛੱਡਿਆ ਕਿਤੇ ਪਿੰਡ 'ਚ। ਛੱਡ ਦੇ ਬਾਈ ਮਰ ਗਈ, ਨਹੀਂ ਇਹਨੂੰ ਮੈਂ 100 ਵਾਰ ਹੋਰ ਮਾਰਨਾ। ਮਾੜੀ ਨਿਗਾਹ ਵੱਲ ਨੀ ਵੇਖਿਆ, ਸਾਡੀਆਂ ਲੋਕ ਕਸਮਾਂ ਖਾਂਦੇ ਸੀ ਕਸਮਾਂ, ਤੇ ਤੂੰ ਸਾਨੂੰ ਆਪਦੇ ਵਰਗਾ ਸਮਝ ਲਿਆ। ਮੈਂ ਤਾਂ ਸੁਣਿਆ ਸੀ ਬਾਈ ਕਿ ਸੱਪ ਨੂੰ ਦੁੱਧ ਪਿਆਓ ਡੰਗ ਮਾਰਦਾ, ਉਹ ਇਹ ਤਾਂ ਸਾਲਾ ਕਾਲਾ ਨਾਗ ਨਿਕਲਿਆ ਜਿਹਨੇ ਆਪਣੀ ਇੱਜ਼ਤ ਤੇ ਡੰਗ ਮਾਰਨਾ, ਬਾਈ ਇਹਨੂੰ ਨਹੀਂ ਛੱਡਣਾ। ਮਰ ਗਿਆ ਬਾਈ, ਕੀ ਕਮੀ ਰਹਿ ਗਈ ਸੀ ਆਪਣੀ ਪਰਵਰਿਸ਼ ਚ, ਕਿਉਂ ਕੀਤਾ ਇਹਨੇ ਸਾ। ਕੁੜੀਏ ਤੂੰ ਤਾਂ ਮਰ ਕੇ ਖੜਾ ਛਡਾ ਗਈ, ਅਸੀਂ ਹਰ ਪਲ ਮਰਾਂਗੇ, ਸਾਰਾ ਘਰ ਬਰਬਾਦ ਕਰ ਗਈ ਤੂੰ। ਪੁੱਤਰਾ ਰੋਣਾ ਨਾਪੇ ਨੂੰ ਹੀ ਮੈਂ ਦਿਲ ਨਹੀਂ ਕਰਦਾ। ਕਿਸੇ ਨੂੰ ਇਹੋ ਜਿਹੀ ਮਾੜੀ ਘੜੀ ਨਾ ਦਿਖਾਈ, ਕਿਸੇ ਆਪਣੇ ਨੂੰ ਮਾਰ ਕੇ ਨੱਪਣਾ ਪੈ ਜਾਵੇ।